ਇੱਥੇ ਆਉਣ ਤੋਂ ਪਹਿਲਾਂ ਪਤਾ ਸੀ ਤੁਹਾਡੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹੋ, ਤੁਹਾਡੀ ਜਾਨ ਚਲੇ ਜਾਣੀ ਸੀ ਨਾ ਫਿਰ ਸੁਰ ਕਰਕੇ? ਹਾਂਜੀ, ਇਹ ਕਿਤੇ ਨਾ ਕਿਤੇ ਮੈਨੂੰ ਹੋਣ ਲੱਗਣ ਲੱਗ ਗਿਆ। ਕਿੰਨੇ ਭਿਆਨਕ, ਕਿੰਨੇ ਪੁਰਾਣੇ ਬੈੱਡ ਸਕੋਰ ਲੈ ਕੇ ਸਾਡੇ ਕੋਲ ਆਏ? ਜੇ ਕਹਿ ਸਕਦੇ ਹਾਂ ਕਿ 28 ਸਾਲ ਤੋਂ। ਜਿਸ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ, ਉਹਦੇ ਹੁਕਮ ਦੇ ਵਿੱਚ ਰਾਜ਼ੀ ਹੋ ਕੇ ਵੀਰ 28 ਸਾਲ ਤੋਂ ਜ਼ਖਮਾਂ ਨਾਲ ਜੂਝ ਰਿਹਾ। ਕਿੰਨੇ ਪਰਸੈਂਟ ਰਹਾ? ਹੁਣ ਤਾਂ ਕਾਫੀ ਜ਼ਿਆਦਾ ਹੈ, 80-90%। ਹਾਂਜੀ, ਇੰਨੇ ਠੀਕ ਹੋ ਚੁੱਕੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਸ਼ਮਸ਼ੇਰ ਸਿੰਘ LPU ਦੇ ਵਿੱਚ ਪੜ੍ਹਦਾ ਹੈ, ਸਪਾਈਨਲ ਕੋਡ ਇੰਜਰ ਪੇਸ਼ੈਂਟ, ਜਿਹਨੂੰ ਕਿ ਆਪਾਂ ਦੇਸੀ ਭਾਸ਼ਾ ਦੇ ਵਿੱਚ ਜਾਣਦੇ ਹਾਂ ਕਿ ਰੀੜ੍ਹ ਦੀ ਹੱਡੀ ਟੁੱਟ ਗਈ ਔਰ ਪਾਸਾ ਸੁੰਨ ਹੋ ਗਿਆ। LPU ਦੇ ਵਿੱਚ ਪੜ੍ਹਦਾ ਹੈ, ਸੈਕਿੰਡ ਈਅਰ ਦੇ ਵਿੱਚ ਹੈ। ਇੰਜਰੀ ਕਿੰਨੇ ਸਾਲ ਤੋਂ ਵੀਰੇ? 28 ਸਾਲ ਹੀ ਹੋ ਗਿਆ। 28 ਸਾਲ ਤੋਂ ਸ਼ੁਰੂ ਤੋਂ ਹੀ ਛੋਟੇ। ਕਿੰਨੇ ਭਿਆਨਕ, ਕਿੰਨੇ ਪੁਰਾਣੇ ਬੈੱਡ ਸਕੋਰ ਲੈ ਕੇ ਸਾਡੇ ਕੋਲ ਆਏ ਸੀਗੇ? ਇਹ ਕਹਿ ਸਕਦੇ ਹਾਂ ਕਿ 28 ਸਾਲ ਤੋਂ ਹੀ ਹੈ। 28 ਸਾਲ ਤੋਂ ਹੀ ਹੈ। ਹਾਂਜੀ, ਜਿਸ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ, ਉਹਦੇ ਹੁਕਮ ਦੇ ਵਿੱਚ ਰਾਜ਼ੀ ਹੋ ਕੇ ਵੀਰ 28 ਸਾਲ ਤੋਂ ਜ਼ਖਮਾਂ ਨਾਲ ਜੂਝ ਰਿਹਾ, ਲੇਕਿਨ ਡੈਥ ਨਹੀਂ ਹੋਈ। ਹਨਾ, ਜਿਹਨੂੰ ਮਾਲਕ ਨੇ ਰੱਖਣਾ ਹੁੰਦਾ ਨਾ, ਉਹ ਰਹਿੰਦਾ ਹੀ ਹੈ। ਉਹ ਬੜਾ ਖੁਸ਼ਕਿਸਮਤ ਹੈ ਵੀਰੇ, ਲੇਕਿਨ ਜਾਣਕਾਰੀ ਕੋਈ ਨਹੀਂ ਸੀ ਨਾ, ਕੋਈ ਜਾਣਕਾਰੀ, ਤੁਹਾਨੂੰ ਵੀ ਕੋਈ ਜਾਣਕਾਰੀ ਨਹੀਂ ਹੁੰਦੀ ਨਾ, ਤਾਂ ਹੀ ਤੁਹਾਨੂੰ ਮਿੰਨਤਾਂ ਕਰਦੇ ਹਾਂ, ਬੇਨਤੀਆਂ ਕਰਦੇ ਹਾਂ, ਵੀਡੀਓ ਨੂੰ ਸ਼ੇਅਰ ਕਰੋ। ਤੁਹਾਡੇ ਸ਼ੇਅਰ ਕੀਤੇ ਹੋਏ ਸ਼ਮਸ਼ੇਰ ਸਿੰਘ ਵਰਗੇ ਬਹੁਤ ਸਾਰੇ ਪੇਸ਼ੈਂਟਸ ਕੋਲ ਪਹੁੰਚਦੇ ਆ, ਅੱਡ ਅੱਡ ਸਟੇਟਾਂ ਦੇ ਵਿੱਚ, ਅੱਡ ਅੱਡ ਜ਼ਿਲ੍ਹਿਆਂ ਦੇ ਵਿੱਚ, ਜੋ ਕਿ ਪੇਸ਼ੈਂਟ ਬਚਾਉਣ ਦੇ ਵਿੱਚ ਤੁਸੀਂ ਸਿੱਧਾ ਸਹਿਯੋਗ ਕਰਦੇ ਹੋ। ਹਾਂਜੀ, ਕਿੱਥੋਂ ਸੀਗੇ? ਤਰਨ ਤਾਰਨ ਜ਼ਿਲ੍ਹੇ ਤੋਂ ਨਾ, ਅੰਮ੍ਰਿਤਸਰ, ਅੰਮ੍ਰਿਤਸਰ ਜ਼ਿਲ੍ਹੇ ਤੋਂ। 28 ਸਾਲ ਤੋਂ ਬੈੱਡ ਸੋਰ ਸੀਗੇ, ਇੰਨਾ ਡੂੰਘਾ ਬੈੱਡ ਸੋਰ ਸੀਗਾ, ਮੈਂ ਦੇਖਿਆ ਉਦੋਂ। ਹਾਂਜੀ, ਨਹੀਂ ਇਹ ਸ਼ੁਰੂ ਤੋਂ ਨਹੀਂ ਸੀ ਇੰਨੇ ਗਏ। ਸ਼ੁਰੂ ਤੋਂ ਮੈਂ ਕੀ ਕਰਦਾ ਸੀ ਕਿ ਥੋੜ੍ਹਾ ਬਹੁਤ ਦਵਾਈ ਖਾ ਲੈਂਦਾ ਸੀ, ਉੱਪਰ ਥੋੜ੍ਹੀ ਬਹੁਤ ਲਗਾ ਲਈ, ਫਿਰ ਐਵੇਂ ਮਤਲਬ ਰੈਸਟ ਨਹੀਂ ਸੀ ਮੈਂ ਕਰਦਾ। ਅੱਛਾ। ਹਾਂਜੀ, ਘੰਟਾ ਦੋ ਘੰਟੇ ਬਸ ਰੈਸਟ ਕੀਤੀ, ਬਸ ਉਸ ਤੋਂ ਬਾਅਦ ਫਿਰ ਇਦਾਂ ਹੀ। ਤੁਹਾਨੂੰ ਇੱਥੇ ਆਉਣ ਤੋਂ ਪਹਿਲਾਂ ਪਤਾ ਸੀ ਤੁਹਾਡੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹੋ, ਤੁਹਾਡੀ ਜਾਨ ਚਲੇ ਜਾਣੀ ਸੀ ਨਾ ਬੈੱਡ ਸੋਰ ਕਰਕੇ? ਹਾਂਜੀ, ਇਹ ਕਿਤੇ ਨਾ ਕਿਤੇ ਮੈਨੂੰ ਹੁਣ ਲੱਗਣ ਲੱਗ ਗਿਆ ਸੀ। ਹੁਣ ਲੱਗਣ ਲੱਗਿਆ? ਕਿੰਨੀ ਸੀਰੀਅਸ ਪ੍ਰੋਬਲਮ ਹੈ? ਹਾਂਜੀ, ਕਿਉਂਕਿ ਮੇਰਾ ਖੂਨ ਬਹੁਤ ਨਿਕਲਣ ਲੱਗ ਗਿਆ ਸੀ। ਅੱਛਾ। ਹਾਂਜੀ, ਬਹੁਤ ਜ਼ਿਆਦਾ ਹੀ ਖੂਨ। ਹੁਣ ਕਿੰਨਾ ਆਰਾਮ ਹੈ? ਕਿੰਨੇ ਪਰਸੈਂਟ ਆਰਾਮ ਹੈ? ਹੁਣ ਤਾਂ ਕਾਫੀ ਜ਼ਿਆਦਾ ਹੈ, 80-90%। ਹਾਂਜੀ ਹਾਂਜੀ, ਇੰਨੇ ਠੀਕ ਹੋ ਚੁੱਕੇ ਜੀ। 28 ਸਾਲ ਪੁਰਾਣੇ ਬੈੱਡ ਸੋਰ ਸੀ, ਬਟ ਸੰਗਤ ਦੇ ਮਿਹਨਤਾਂ ਚੋਂ ਕੱਢੇ ਹੋਏ ਦਸਵੰਦ ਜਿਹੜੇ ਹੈਗੇ, ਸੇਵਾ ਰੂਪ ਦੇ ਵਿੱਚ ਇੱਥੇ ਸਹਿਯੋਗ ਕੀਤਾ ਜਾਂਦਾ ਹੈ, ਔਰ ਸ਼ਮਸ਼ੇਰ ਸਿੰਘ ਵਰਗੇ ਪੇਸ਼ੈਂਟ ਲਗਾਤਾਰ ਠੀਕ ਹੋ ਰਹੇ ਨੇ, 90% ਤੱਕ ਠੀਕ ਹੋ ਰਹੇ ਹੈ, ਔਰ ਇਹਨਾਂ ਨੇ ਕੱਲ੍ਹ ਚਲੇ ਜਾਣਾ। ਸੋ ਹੁਣ ਤੁਹਾਡੇ ਵਰਗੇ ਪੇਸ਼ੈਂਟ ਤੁਹਾਨੂੰ ਬਹੁਤ ਸਾਰੇ ਦੇਖ ਰਹੇ ਨੇ, ਅੱਡ ਅੱਡ ਸਟੇਟਾਂ ਦੇ ਵਿੱਚ, ਚਾਹੇ ਪੰਜਾਬ ਵਿੱਚ, ਚਾਹੇ ਹਰਿਆਣਾ, ਅੱਡ ਅੱਡ ਸਟੇਟਾਂ ਦੇ ਵਿੱਚ, ਉਹਨਾਂ ਨੂੰ ਕੁਛ ਕਹਿਣਾ ਚਾਹੋਗੇ? ਹਾਂਜੀ, ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਮਤਲਬ ਆਪਣਾ ਜਿੰਨਾ ਵੀ ਹੋ ਸਕਦਾ ਖਿਆਲ ਰੱਖੋ, ਕਿਉਂਕਿ ਜੇ ਸਿਹਤ ਠੀਕ ਰਹੇਗੀ ਤਾਂ ਹੀ ਆਪਾਂ ਕੁਝ ਕਰ ਸਕਦੇ ਹਾਂ। ਤੁਹਾਨੂੰ ਲੱਗਦਾ ਕਿ ਬਹੁਤ ਪੇਸ਼ੈਂਟ ਸਪਾਈਨਲ ਕੋਰਡ ਇੰਜਰੀ ਨੂੰ ਸਮਝਦੇ ਨੇ, ਇਹਦੀ ਗਹਿਰਾਈ ਤੇ ਡੂੰਘਾਈ ਨਹੀਂ ਸਮਝਦੇ? ਨਹੀਂ, ਬਿਲਕੁਲ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਇਹ ਚੀਜ਼ ਹੈ ਕੀ ਹੈ। ਹੁਣ ਜੇ ਮੈਨੂੰ ਵੀ ਇਹ ਚੀਜ਼ ਪਤਾ ਹੀ ਨਹੀਂ, ਜਿਵੇਂ ਜਿਵੇਂ ਮੈਂ ਸਕੂਲ 'ਚ ਪੜ੍ਹਾਈ ਕਰਦਾ ਗਿਆ, ਮੈਂ ਪੜ੍ਹਦਾ ਗਿਆ, ਫਿਰ ਮੈਨੂੰ ਪਤਾ ਚੱਲਿਆ ਕਿ ਮੇਰੀ ਰੀੜ੍ਹ ਦੀ ਹੱਡੀ ਦੀ ਪ੍ਰੋਬਲਮ ਹੈ। ਅੱਛਾ। ਉੱਦਾਂ ਮੈਨੂੰ ਇਹ ਸੀ ਕਿ ਮੇਰੀਆਂ ਲੱਤਾਂ ਨਹੀਂ ਚੱਲ ਰਹੀਆਂ, ਮੇਰੀਆਂ ਲੱਤਾਂ 'ਚ ਪ੍ਰੋਬਲਮ ਹੈ, ਬਾਕੀ ਮੈਨੂੰ ਇਹ ਚੀਜ਼ ਹੁਣ ਪਤਾ ਲੱਗੀ ਕਿ ਮੇਰੀ ਰੀੜ੍ਹ ਦੀ ਹੱਡੀ 'ਚ ਪ੍ਰੋਬਲਮ ਸੀ। ਇਹ ਹੁਣ ਚੱਲੇ 28 ਸਾਲ ਬਾਅਦ ਚੱਲੀ ਪਤਾ? ਹਾਂ, ਮਤਲਬ ਨਹੀਂ 28 ਸਾਲ ਨਹੀਂ, ਇਹ ਕੁਝ ਸਾਲ ਜਦੋਂ ਮੈਂ ਸਕੂਲ 'ਚ ਸੀਗਾ। ਓਕੇ। ਹਾਂਜੀ, ਤੇ ਪਰ ਹੁਣ ਕੁਝ ਕਰ ਨਹੀਂ ਸਕਦਾ। ਬੜਾ ਜੁਝਾਰੂ ਹੈ ਬੰਦਾ, ਇਹ ਹਾਰਿਆ ਨਹੀਂ, ਬਚਪਨ ਤੋਂ ਇੰਜਰੀ ਹੈ। ਤੈਨੂੰ ਅਫਸੋਸ ਹੁੰਦਾ ਸੀ ਜਦ ਬੱਚੇ ਫੁੱਟਬਾਲ ਖੇਲ ਰਹੇ ਸੀ ਜਾਂ ਕੁਝ ਹੋਰ ਖੇਲਦੇ ਹੁੰਦੇ ਆ, ਉਸ ਟਾਈਮ ਹੁੰਦਾ ਸੀ ਮੈਂ ਨਹੀਂ ਖੇਲ ਪਾ ਰਿਹਾ? ਹੁੰਦਾ ਤਾਂ ਹੈਗਾ ਸੀ, ਪਰ ਮੈਂ ਜ਼ਿਆਦਾ ਨਹੀਂ ਹੋਇਆ ਕਿਉਂਕਿ ਮੈਂ ਉਹਨਾਂ 'ਚ ਖੇਡਦਾ ਰਿਹਾ। ਖੇਡਦੇ ਰਹੇ ਇਸੇ ਹਾਲਤ 'ਚ? ਮੈਂ ਦੇਖ ਰਿਹਾ ਡਿਪਰੈਸ਼ਨ ਨਾਮ ਦਾ ਨਾਮੋ ਨਿਸ਼ਾਨ ਨਹੀਂ ਹੈ, ਚੜ੍ਹਦੀ ਕਲਾ 'ਚ ਹੋ। ਹਾਂਜੀ, ਇਹ ਕਿਵੇਂ? ਇਹ ਬਸ ਗੁਰੂ ਦੀ ਕਿਰਪਾ ਹੀ ਹੈ, ਨਾਮ ਜਪਦੇ ਜਪਦੇ ਰਹਿੰਦੇ ਹੋ। ਹਾਂਜੀ, ਇਹ ਕਿਉਂਕਿ ਮੈਂ 2008 'ਚ ਗਿਆ ਸੀ, ਬੜਾ ਡਿਪਰੈਸ਼ਨ 'ਚ ਗਿਆ ਸੀਗਾ, ਮਤਲਬ ਐਵੇਂ ਹੀ ਮੈਂ ਨਾ ਆਪਣੇ ਆਪ ਹੀ ਰੋਣ ਲੱਗ ਜਾਂਦਾ ਹੁੰਦਾ ਸੀ। ਅੱਛਾ। ਬਿਨਾਂ ਗੱਲ ਦੇ ਹੀ ਰੋਣ ਲੱਗ ਜਾਣਾ, ਐਵੇਂ ਕੋਈ ਵੀ ਗੱਲ ਚੇਤੇ ਕਰਕੇ ਆਪਣੇ ਆਪ ਨਾਲ। ਇੱਥੋਂ ਤੱਕ ਕਿ ਮੈਂ ਆਪਣੇ ਆਪ ਕੰਧਾਂ 'ਚ ਸਿਰ ਵੀ ਮਾਰਿਆ, ਇੱਥੇ ਜ਼ਖਮ ਹੋ ਗਿਆ ਸੀ ਮੇਰੇ, ਇੱਦਾਂ ਮੱਥਾ ਮਾਰਿਆ ਮੈਂ ਕੰਧ ਨਾਲ, ਤੇ ਇਦਾਂ ਦੀ ਹਾਲਤ। ਸੁਸਾਈਡ ਵੀ ਅਟੈਂਪਟ ਕੀਤੀ ਸੀ ਆਪਣੀ, ਉਹ ਟ੍ਰਾਈਸਾਈਕਲ ਆਪਣੀ ਲੈ ਜਾ ਕੇ, ਤੁਹਾਨੂੰ ਯਾਦ? ਹਾਂਜੀ, ਮੈਂ ਸਕੂਲੋਂ ਆ ਰਿਹਾ ਸੀ, ਤੇ ਕਿੰਨੇ ਸਾਲ ਦੇ ਸੀਗੇ? 2019 ਦੀ ਗੱਲ ਹੈ। ਹਾਂਜੀ, ਤੇ ਸਕੂਲੋਂ ਆ ਰਿਹਾ ਸੀ, ਮੈਨੂੰ ਇੰਜ ਲੱਗ ਰਿਹਾ ਸੀ ਕਿ ਅੱਜ ਮਰਨਾ, ਅੱਜ ਮਰਨਾ। ਹਾਂਜੀ, ਮਰਦਾ ਟਰੱਕ ਦੇ ਨਾਲ ਟੱਕਰ ਮਾਰ ਗਈ। ਉਹ ਬੱਸ ਆ ਰਹੀ ਸੀ ਸਕੂਲ ਦੀ, ਉਹ ਬਹੁਤ ਤੇਜ਼ ਆਉਂਦੀ ਹੁੰਦੀ ਸੀ ਰੋਜ਼, ਉਹਦਾ ਟਾਈਮ ਛੁੱਟੀ ਦਾ, ਉਹ ਇੱਕ ਬਾਪੂ ਚਲਾਉਂਦੇ ਹੁੰਦੇ ਸੀ, ਤੇ ਉਹ ਬਹੁਤ ਤੇਜ਼ ਚਲਾਉਂਦੇ ਬੱਸ, ਤੇ ਜਦੋਂ ਕਈ ਵੇਲੇ ਲਾਗੋ ਵੀ ਲੰਘਦੇ ਸੀ ਨਾ, ਬੜੀ ਤੇਜ਼ ਲੰਘਦੇ ਸੀ, ਤੇ ਮੈਂ 1 ਕਿਲੋਮੀਟਰ ਦੂਰ ਸੀ ਉਹ ਬੱਸ ਮੇਰੇ ਤੋਂ, ਮੈਂ ਸੋਚ ਲਿਆ ਕਿ ਅੱਜ ਮੈਂ ਮਰਨਾ, ਤੇ ਮੈਂ ਵਿਚਕਾਰ ਰੱਖਿਆ ਸਾਈਕਲ, ਸਾਈਡ 'ਤੇ ਕੀਤਾ ਹੀ ਨਹੀਂ,
ਜਾਣ ਦਿੱਤਾ ਉਧਰੋਂ ਮੈਂ ਵੀ ਦੋਨਾਂ ਹੱਥਾਂ ਨਾਲ ਚਲਾ ਰਿਹਾ ਸੀ ਤੇਲ ਪੂਰੇ ਕਿ ਅੱਜ ਵੀ ਥੱਲੇ ਆ ਕੇ ਮਰਨਾ ਹਾਂਜੀ ਅੱਜ ਵੱਜਣਾ ਮੈਂ ਬਾਅਦ 'ਚ ਚੱਲਦੇ ਚੱਲਦੇ ਰਾਹ 'ਚ ਮੇਰੇ ਟੀਚਰ ਦੀ ਮੈਨੂੰ ਗੱਲ ਯਾਦ ਆਈ ਕਿ ਉਹਨਾਂ ਨੇ ਕਿਹਾ ਸੀ ਕਿ ਆਪਣੇ ਮੰਮੀ ਡੈਡੀ ਨੂੰ ਜੇ ਤੁਸੀਂ ਖੁਸ਼ੀ ਨਹੀਂ ਦੇ ਸਕਦੇ ਤਾਂ ਦੁੱਖ ਵੀ ਨਹੀਂ ਦੇਣਾ ਚਾਹੀਦਾ ਅੱਛਾ ਉਹ ਗੱਲ ਜਾ ਰਹੀ ਫਿਰ ਮੈਂ ਇਹ ਪਤਾ ਲੱਗਾ ਕਿਉਂਕਿ ਮੈਂ ਆਪਣੇ ਮੰਮੀ ਡੈਡੀ ਦਾ ਇਕੱਲਾ ਆ ਮੇਰੀਆਂ ਦੋ ਭੈਣਾਂ ਨੇ ਫਿਰ ਲੱਗਦਾ ਪਰਮਾਤਮਾ ਨੇ ਉਸੇ ਟਾਈਮ ਮਨ ਦੇ ਵਿੱਚ ਵਿਚਾਰ ਪਾਤਾ ਉਹ ਹਾਂਜੀ ਬਚਾਉਣਾ ਸੀ ਤੈਨੂੰ ਹਾਂਜੀ ਤੇ ਉਹੀ ਗੱਲ ਨਾ ਕਿ ਬਚਾ ਗਏ ਉਹ ਤੇ ਮਤਲਬ ਉਹ ਫਿਰ ਮੈਨੂੰ ਇਹ ਵੀ ਗੱਲ ਸਮਝ ਆਈ ਕਿ ਚਲੋ ਮੇਰੇ ਮੰਮੀ ਡੈਡੀ ਦਾ ਕੀ ਕਸੂਰ ਹੈ ਹੁਣ ਜੇ ਮੈਂ ਇੱਦਾਂ ਤੇ ਉਹਨਾਂ ਕਿਹੜਾ ਕੋਸ਼ਿਸ਼ ਨਹੀਂ ਕੀਤੀ ਕੋਸ਼ਿਸ਼ ਉਹਨਾਂ ਪੂਰੀ ਕੀਤੀ ਸਰ ਜੀ ਜਿੰਨੇ ਪੈਸੇ ਮੇਰੇ ਤੇ ਲੱਗੇ ਨਾ ਤੇ ਜੇ ਮੈਂ ਅੱਜ ਦੇ ਟਾਈਮ 'ਚ ਦੱਸਾਂ ਸਾਡੀ ਟਰਾਂਸਪੋਰਟ ਹੋਣੀ ਸੀ ਮੇਰੇ ਡਰਾਈਵ ਟਰੱਕ ਡਾਲ ਨੇ ਤਾਂ ਸੋਰੀ ਟੋਕ ਕੇ ਬੋਲੂੰਗਾ ਸੰਗਤ ਜੀ ਪਲੀਜ਼ ਇਸ ਦੀ ਗਹਿਰਾਈ ਸਮਝਣ ਦੀ ਕੋਸ਼ਿਸ਼ ਕਰੋ ਬਾਰ ਬਾਰ ਬੇਨਤੀਆਂ ਤਾਂ ਹੀ ਕਰਦੇ ਵੀਡੀਓਜ਼ ਨੂੰ ਸ਼ੇਅਰ ਕਰਕੇ ਜ਼ਰੂਰ ਅੱਗੇ ਪਹੁੰਚਾਓ ਕਿਉਂ ਕਿਉਂਕਿ ਬਹੁਤ ਸਾਰੇ ਪੇਸ਼ੈਂਟ ਸੁਸਾਈਡ ਕਰ ਰਹੇ ਨੇ ਕਮਰਿਆਂ 'ਚ ਬੰਦ ਹੈ ਡਿਪਰੈਸ਼ਨ ਦੇ ਵਿੱਚ ਪਏ ਹੈ ਤਿੰਨ ਚਾਰ ਕੰਧਾਂ ਦੇਖਦੇ ਛੱਤ ਦੇਖਦੇ ਦੇਖਦੇ ਸਾਲੋਂ ਸਾਲ ਨਿਕਲਨੇ ਭੈੜੇ ਭੈੜੇ ਜ਼ਖਮਾਂ 'ਚ ਮਲ ਮੂਤਰ 'ਚ ਪਏ ਨੇ ਤਾਂ ਹੀ ਕਹਿ ਰਹੇ ਤੁਹਾਡੇ ਸ਼ੇਅਰ ਕੀਤੇ ਹੋਏ ਜ਼ਿੰਦਗੀਆਂ ਬਚਾ ਰਹੇ ਨੇ ਇਹ ਔਨਲਾਈਨ ਸੇਵਾ ਜ਼ਰੂਰ ਸਾਥ ਨਿਭਾਇਆ ਕਰੋ ਹਾਂਜੀ ਸਰ ਮਤਲਬ ਜ਼ਿਆਦਾ ਹਾਲਤ ਮੇਰੀ ਇਹੀ ਰਹੀ ਹੈ ਤਾਂ ਹੀ ਮੇਰੇ ਬੈਡ ਸੋਰ ਜਿਹੜੇ ਰਿਕਵਰ ਨਹੀਂ ਕਰੀ ਹੋਏ ਮੈਂ ਕੀ ਕਰਦਾ ਸੀ ਉੱਪਰੋਂ ਰਿਕਵਰ ਹੋ ਜਾਂਦੇ ਸੀਗੇ ਅੰਦਰੋਂ ਰਹਿ ਜਾਂਦੇ ਸੀਗੇ ਹੁਣ ਹੁਣ ਜ਼ਿੰਦਗੀ ਨੂੰ ਲੈ ਕੇ ਪੋਜ਼ਿਟਿਵ ਹੋ ਕਿ ਨੈਗੇਟਿਵ ਹੋ ਹਾਂਜੀ ਬਿਲਕੁਲ ਪੋਜ਼ਿਟਿਵ ਜੀਣਾ ਹੈ ਭਰਪੂਰ ਜੀਣਾ ਹੈ ਹਾਂਜੀ ਬਿਲਕੁਲ ਹੁਣ ਮੈਂ ਤੇ ਪਰਮਾਤਮਾ ਦੇ ਨਾਮ ਗੁਰੂ ਸਾਹਿਬ ਦਾ ਨਾਮ ਯਾਦ ਕਰਦੇ ਕਰਦੇ ਜੀਣਾ ਹਾਂਜੀ ਉਹਨਾਂ ਦੇ ਸਹਾਰੇ ਹੀ ਬਸ ਤੇ ਹੁਣ ਮੈਂ ਜਦੋਂ ਇੱਥੋਂ ਜਾਣਾ ਹੈ ਮੈਂ ਅਜਿਹਾ ਕੰਮ ਕਰਨਾ ਸ਼ੁਰੂ ਕਿ ਮੈਂ ਇੱਥੋਂ ਦਾ ਵੀ ਮਤਲਬ ਕਿ ਸੇਵਾ ਦੇ ਸਕਾਂ ਅਤੇ ਆਪਣੇ ਆਸ ਪਾਸ ਦੇ ਵੀ ਉਹਨਾਂ ਦਾ ਵੀ ਖਿਆਲ ਰੱਖ ਸਕਾਂ ਆਪਾਂ ਇਕੱਠੇ ਹੋ ਕੇ ਇੱਦਾਂ ਦੇ ਆਪਾਂ ਸਾਰਿਆਂ ਨੇ ਤੁਸੀਂ ਵੀ ਔਨਲਾਈਨ ਦੇਖ ਰਹੇ ਹੋ ਆਹ ਵੀ ਵੀਰ ਹੈ ਜ਼ਿਲ੍ਹਿਆਂ 'ਚ ਭਰੇ ਪਏ ਨੇ ਸਪੈਸ਼ਲੀ ਆਪਾਂ ਗੱਲ ਕਰੀਏ ਫੀਮੇਲ ਪੇਸ਼ੈਂਟ ਦੀ ਇਹ ਛੋ ਭੈਣਾਂ ਸਾਡੀਆਂ ਜਿਹੜੀਆਂ ਨੇ ਇਹ ਘਰੇ ਪਈਆਂ ਨੇ ਬਹੁਤ ਭੈੜੀ ਹਾਲਤ ਇਹਨਾਂ ਨੂੰ ਕੱਢਣਾ ਆਪਾਂ ਬਾਹਰ ਹਾਂਜੀ ਸਰ ਸੋਚ ਸਕਦਾ ਕਿ ਸਿਸਕ ਸਿਸਕ ਕੇ ਮਰ ਰਹੀਆਂ ਨੇ ਹਾਂਜੀ ਕਿਉਂਕਿ ਮੈਂ ਆਪਣੀ ਹਾਲਤ ਤੇ ਮੈਂ ਦੇਖਿਆ ਨਾ ਕਿ ਮੈਂ ਆਪਣੇ ਆਪ ਨੂੰ ਕਿਵੇਂ ਸਾਂਭਦਾ ਹੈ ਜਦੋਂ ਮੰਨ ਲਓ ਕੋਈ ਕੋਈ ਘਰ 'ਚ ਮਹਿਮਾਨ ਆ ਜਾਂਦਾ ਉਹਨਾਂ ਸਾਹਮਣੇ ਆਪਣੇ ਆਪ ਨੂੰ ਕਿਵੇਂ ਰੱਖਣਾ ਤੇ ਜਾਂ ਮਤਲਬ ਕਿਤੇ ਜਾਣਾ ਆਉਣਾ ਪੈ ਜਾਂਦਾ ਫਿਰ ਉੱਥੇ ਆਪਣੇ ਆਪ ਨੂੰ ਕਿਵੇਂ ਸਾਂਭਣਾ ਇਹ ਮਤਲਬ ਸੋਚਿਆ ਬੜਾ ਮਤਲਬ ਹੁੰਦਾ ਔਰਤਾਂ ਕਿ ਜੇ ਔਰਤ ਜਿਹੜੀ ਉਹ ਆਪਣੇ ਆਪ ਨੂੰ ਕਿਵੇਂ ਸਾਂਭਦੀ ਹੋ ਜਿਹੜੀ ਕੁੜੀਆਂ ਨੇ ਸ਼ਮਸ਼ੇਰ ਸਿੰਘ ਸਿਰਫ ਤੁਹਾਨੂੰ ਨਹੀਂ ਇਹ ਮੈਨੂੰ ਵੀ ਹਿੰਮਤ ਦਿੰਦਾ ਨਾ ਕਿ ਜ਼ਿੰਦਗੀ ਬਹੁਤ ਖੂਬਸੂਰਤ ਹੈ ਜ਼ਿੰਦਗੀ ਬਹੁਤ ਰੰਗੀਨ ਹੈ ਆਪਾਂ ਇਹਨੂੰ ਭਰਪੂਰ ਜੀਏ ਅੱਗੇ ਵਧੀਏ ਜ਼ਿੰਦਗੀ ਦੇ ਵਿੱਚ ਕਰਨ ਨੂੰ ਬਹੁਤ ਕੁਛ ਹੈ ਨਾ ਹਾਂਜੀ ਸੋ ਤੁਸੀਂ ਜਾ ਰਹੇ ਹੋ ਸਾਡੀ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ ਹੈ ਨਾ ਮੈਨੂੰ ਵੀਰ ਤੁਹਾਡਾ ਦੱਸ ਰਿਹਾ ਸੀ ਕਿ ਮੁੜ ਕੇ ਦੁਬਾਰਾ ਆਉਂਗੇ ਅੱਗੇ ਹਾਂਜੀ ਆਪਣਾ ਇੱਕ ਰਿਸ਼ਤਾ ਹੈ ਅੱਗੇ ਵੱਧ ਚੱਲਦਾ ਰਹੇਗਾ ਨਾ ਜਦੋਂ ਵੀ ਹੁਣ ਮੈਨੂੰ ਛੁੱਟੀਆਂ ਜਾਂ ਮੈਂ ਆਇਆ ਕਰਾਂਗਾ ਜ਼ਰੂਰ ਹਾਂਜੀ ਪਤਾ ਕਿ ਤੁਹਾਡੀ ਚੜ੍ਹਦੀ ਕਲਾ ਦੇਖ ਕੇ ਤੁਸੀਂ ਬਹੁਤ ਸਾਰੇ ਪੇਸ਼ੈਂਟਸ ਨੂੰ ਮੋਟੀਵੇਟ ਕਰ ਸਕਦੇ ਹੋ ਹਾਂਜੀ ਉਸ ਡਿਪਰੈਸ਼ਨ 'ਚੋਂ ਬਾਹਰ ਕੱਢ ਸਕਦੇ ਹੋ ਹਾਂਜੀ ਹੈ ਨਾ ਹਾਂਜੀ ਸੋ ਇਹੀ ਚੜ੍ਹਦੀ ਕਲਾ 'ਚ ਰਹੇ ਵੀਰਾ ਇਹੀ ਸਾਡੀ ਕਾਮਨਾ ਹੈ ਫਤਿਹ ਦੀ ਸਾਂਝ ਨਾਲ ਵੀਡੀਓ ਕਲੋਜ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ